ਮੇਰੇ ਵੀਰ ਨਾਲ ਮੇਰੀ 17 ਤਰੀਕ ਨੂੰ ਗੱਲ ਹੋਈ। ਮੈਨੂੰ ਕਹਿੰਦਾ ਕੀ ਕਰਦੀ ਆ, ਮੈਂ ਕਿਹਾ ਕੁਛ ਨੀ ਅਜੇ ਮੈਂ ਰੋਟੀ ਖਾਣ ਲੱਗੀ ਆ। ਮੈਂ ਕਿਹਾ ਅਜੇ ਤੂੰ ਕੀ ਕਰਦਾ? ਕਹਿੰਦਾ ਮੈਂ ਰੋਟੀ ਪਵਾ ਕੇ ਲੈ ਕੇ ਆਇਆ, ਮੈਂ ਵੀ ਰੋਟੀ ਖਾਣ ਲੱਗਾ। ਮੈਂ ਕਿਹਾ ਸੌ ਜਾ ਮੇਰਾ ਸੋਹਣਾ, ਰੋਟੀ ਖਾ ਕੇ ਪੈ ਜਾ, ਕਿਤੇ ਬਾਹਰ ਨਾ ਜਾਇਆ ਕਰ, ਡਿਊਟੀ ਤੇ ਧਿਆਨ ਦਿਆ ਕਰ। ਕਹਿੰਦਾ ਠੀਕ ਆ, ਮੈਂ ਤੇਰੇ ਨਾਲ ਸਵੇਰੇ ਗੱਲ ਕਰੂੰ। ਨੀ ਮੈਂ 18 ਤਰੀਕ ਨੂੰ ਉਹਦਾ ਫੋਨ ਹੀ ਡਿੱਕੀ ਜਾਂਦੀ ਹਾਂ ਵੀ ਮੇਰਾ ਭਰਾ ਹੁਣ ਵੀ ਫੋਨ ਕਰੂ। ਨੀ ਮੇਰਾ ਭਰਾ ਤਾਂ ਸਾਡੇ ਸਾਹਾਂ 'ਚ ਸਾਹ ਲੈਂਦਾ ਸੀ, ਉਹ ਕਿਉਂ ਇਹ ਲੈਣ 'ਚ ਗਿਆ? ਅਸੀਂ ਤਾਂ ਉਹਦੀਆਂ ਖੁਸ਼ੀਆਂ ਲਈ ਦਿਲ 'ਤੇ ਪੱਥਰ ਧਰ ਕੇ ਉਹਨੂੰ ਆਰਮੀ 'ਚ ਭੇਜਤਾ। ਸਾਡਾ ਤਾਂ ਲੱਖਾਂ ਦਾ ਸੀ ਉਹ ਸਾਡਾ ਲੱਖਾਂ ਦਾ ਸੀ, ਸਾਨੂੰ ਕੱਖਾਂ ਦਾ ਕਰ ਗਾ, ਉਹ ਕੱਖਾਂ ਦਾ ਕਰ ਗਿਆ ਸਾਨੂੰ। ਇੱਕ ਵਾਰੀ ਸਾਨੂੰ ਦਿਖਾ ਦਿਓ ਉਹਦੀ ਫੋਟੋ, ਸਾਡੀਆਂ ਫੋਟੋਆਂ ਤਾਂ ਤੁਸੀਂ ਚਲਾ ਦੇਣੀਆਂ, ਉਹਦੀ ਫੋਟੋ ਵੀ ਦਿਖਾ ਦਿਓ। ਉਹ ਰਾਤ ਦਾ ਖੁੰਝਿਆ ਪਿਆ, ਉਹ ਰਾਤ ਦਾ ਕਿੱਥੇ ਲੰਮਾ ਪਾਇਆ, ਉਹਦੀਆਂ ਕਿਹੜੀਆਂ ਫੋਟੋਆਂ ਲਈ ਜਾਂਦੇ ਨੇ? ਇੱਕ ਵਾਰ ਸਾਡੀ ਵੀਡੀਓ ਕਾਲ ਤੇ ਹੀ ਗੱਲ ਕਰਾ ਦਿਓ। ਵੀਰ ਤਾਂ ਚਲੋ ਵਾਪਸ ਨਹੀਂ ਆਉਂਦਾ, ਬੜੀ ਮੰਦੀ ਘਟਨਾ ਹੋਈ ਹੈ, ਪਰ ਕਰੋੜਾਂ 'ਚੋਂ ਕੋਈ ਉਹ ਹੁੰਦਾ ਜਿਹੜਾ ਦੇਸ਼ ਲਈ ਕੁਰਬਾਨ ਹੁੰਦਾ? ਵੀਰੇ ਤੁਹਾਡੇ ਵੀਰ ਦੀ ਕੁਰਬਾਨੀ, ਮੇਰਾ ਭਰਾ ਤਾਂ ਜਿੱਥੇ ਬੈੱਡ ਤੇ ਸੌਂਦਾ ਸੀ ਉੱਥੇ ਵੀ ਆਰਮੀ, ਉਹਨੇ ਮਹਿੰਦੀ ਲਵਾਉਣੀ ਬਖਸ਼ੋ ਆਰਮੀ ਲਿਖ ਦੇ, ਅਜੇ ਤੇਰੇ ਮਹਿੰਦੀ ਲਾਦਮਾ ਬਖਸ਼ੋ ਮੇਰੇ ਆਰਮੀ ਲਿਖ ਦੇ, ਮੇਰੇ ਹੱਥ ਤੇ ਆਰਮੀ ਲਿਖ ਦੇ। ਉਹਨੇ ਆਰਮੀ ਲਿਖਾਉਣਾ, ਜਦੋਂ ਵੀ ਮਹਿੰਦੀ ਲਵਾਉਣੀ ਕਹਿਣਾ ਬਖਸ਼ੋ ਮੇਰੇ ਹੱਥ ਤੇ ਆਰਮੀ ਲਿਖ ਦੇ। ਮੈਂ ਕਹਿਣਾ ਅਜੇ ਲਿਆ ਤੇਰੇ ਹੱਥ ਤੇ ਮੈਂ ਲਿਖ ਦਿੰਨੀ ਆ। ਨੀ ਮੇਰਾ ਭਰਾ, ਮੇਰਾ ਸੋਹਣਾ ਵੀਰ ਸਾਡੇ ਨਾਲ ਧੋਖਾ ਕਰ ਗਿਆ, ਉਹਨੂੰ ਮੌਤ ਪਿਆਰੀ ਲੱਗੀ ਸਾਡੇ ਤੋਂ, ਉਹਨੇ ਮੌਤ ਨੂੰ ਜੱਫੀਆਂ ਪਾ ਲੀਆਂ। ਉਹਨਾਂ ਨੂੰ ਕਹਿ ਦੋ ਇੱਕ ਵਾਰੀ ਸਾਡੀ ਗੱਲ ਕਰਾ ਦੋ, ਸਾਡਾ ਵੀਰ ਕੱਲ ਦਾ ਖੁੰਝਿਆ ਹੋਇਆ, ਉਹਨੂੰ ਕਿੱਥੇ ਲੰਮਾ ਪਾਇਆ, ਉਹਦੀਆਂ ਕਿਹੜੀਆਂ ਇਨਕੁਆਰੀਆਂ ਕਰ ਰਾਜੀ ਖੁਸ਼ੀ ਹੋਈ ਆ, ਕੋਈ ਗੱਲ ਬਾਤ ਨੀ। ਉਹ ਕਹਿੰਦਾ ਮੰਮੀ ਰੋਟੀ ਖਾ ਲਈ, ਜੇ 7 ਵਜੇ ਫੋਨ ਆਇਆ। ਮੈਂ ਕਿਹਾ ਪੁੱਤ ਨਹੀਂ ਹਜੇ ਨੀ ਖਾਧੀ, ਤੈਂ ਖਾ ਲਈ ਰੋਟੀ? ਕਹਿੰਦਾ ਮੰਮੀ ਮੈਂ ਵੀ ਖਾਣ ਲੱਗਾ, ਹੱਥ ਮੂੰਹ ਧੋਂਦਾ ਆ, ਮੈਂ ਵੀ ਰੋਟੀ ਖਾ ਲਾ, ਤੂੰ ਵੀ ਖਾ ਲਾ। ਉਹ ਮੈਂ ਕਿਹਾ ਮੈਨੂੰ ਭੁੱਖ ਨੀ ਹੈਗੀ ਪੁੱਤ ਓਏ, ਉਹ ਮੇਰਿਆ ਸੋਹਣਿਆ,
ਮੈਂ ਕਿਹਾ ਮੈਨੂੰ ਭੁੱਖ ਨੀ, ਮੈਂ ਖਾ ਲਊਗੀ, ਤੂੰ ਖਾ ਲਾ ਮੇਰਾ ਪੁੱਤ। ਉਹ ਮੇਰੀ ਛੁੱਟੀ ਆਇਆ ਸੀ ਵੀਰ, ਹੁਣ ਛੁੱਟੀ ਆਇਆ ਸੀਗਾ, 8ਵੇਂ ਮਹੀਨੇ ਆਇਆ ਸੀ, 8ਵੇਂ ਮਹੀਨੇ ਆਇਆ ਸੀਗਾ, 26 ਤਰੀਕ ਨੂੰ, 26 ਨੂੰ, 23 ਨੂੰ ਆਇਆ ਸੀ, ਪਤਾ ਨੀ 23 ਨੂੰ ਆਇਆ ਸੀ। ਹੁਣ ਕਦੋਂ ਆਉਣਾ ਸੀਗਾ ਹੁਣ? ਹੁਣ ਤਾਂ ਹਜੇ ਕੁਛ ਨਹੀਂ ਦੱਸਿਆ, ਫਰਵਰੀ ਨੂੰ ਕਹਿੰਦਾ ਸੀ। ਕਿੰਨਾ ਯਾਰ ਹੋ ਗਿਆ ਸੀ ਉਹਨੂੰ ਬਾਹਰ, 4 ਸਾਲ ਹੋ ਗਏ ਪਟਿਆਲੇ, ਉਹ ਕਰਦੇ ਨੂੰ ਰਿਹਰਸਲ ਕਰਦੇ ਨੂੰ, ਤਿਆਰੀ ਤਿਉਰੀ ਕਰਦੇ ਨੂੰ, ਕਹਿੰਦਾ ਅਸੀਂ ਕਦੇ ਕੋਈ ਤਿਉਹਾਰ ਨੀ ਮਨਾਇਆ ਤੁਹਾਡੇ ਘਰਦਿਆਂ ਨਾਲ, ਕਹਿੰਦਾ ਮੈਂ ਗੁਰਪੁਰਬ ਤੇ ਆਉਣਾ। ਅਸੀਂ ਕਿਹਾ ਗੁਰਪੁਰਬ ਤੇ ਆ ਜੀ, ਰਵਿਦਾਸ ਬਾਬੇ ਨੇ ਕਹਿੰਦਾ ਗੁਰਪੁਰਬ ਤੇ ਆਉਣਾ, ਮੈਂ ਮੰਮੀ ਤੁਹਾਡੇ ਨਾਲ, ਸਾਨੂੰ ਨੀ ਸੀ ਪਤਾ, ਮੈਨੂੰ ਕੀ ਪਤਾ ਸੀ ਮੇਰੇ ਕਾਹਦਾ ਦਿਲ ਕਰੀ ਪੈਂਦਾ, ਮੇਰਾ ਕੱਲਾ ਕੱਲਾ ਹੀ ਪੈਂਦਾ ਸੀ, ਸਾਡਾ ਘਰ ਤਾਂ ਗੋਲੀ ਹੋ ਗਿਆ ਭੈਣਾ, ਸਾਡਾ ਘਰ ਤਾਂ ਲੁੱਟੀ ਗਈ, ਸਾਡਾ ਘਰ ਤਾਂ ਲੁੱਟੀ ਗਈ, ਪੇਪਰ ਲੀਕ ਹੋ ਗਿਆ, ਇਸ ਤੋਂ ਬਾਅਦ ਪੇਪਰ ਕਲੀਅਰ ਹੋ ਗਿਆ, 4 ਸਾਲ ਦੀ ਭਰਤੀ ਸੀ, ਜਾਣਾ ਚਾਹੇ ਮੈਂ ਮਰ ਜਾ, ਮੈਂ ਵਰਦੀ ਪਾਉਣੀ ਪਾਉਣੀ ਆ, ਸਾਨੂੰ ਨੀ ਸੀ ਪਤਾ, ਸਾਨੂੰ ਇੰਨੀ ਸੇਧੀ ਸਾਡੇ ਜੇ ਨਾ, ਅਸੀਂ ਤਾਂ ਉਹਨੂੰ ਦੇਖ ਦੇਖ ਕੇ ਜਿੰਦੇ ਸੀ, ਸਾਡਾ ਸਭ ਕੁਝ ਹੋਈ ਸੀ, ਸੇ ਭੈਣਾ ਦਾ ਫਰੋੜਾ ਉਹਨੂੰ ਸਿਰ ਤੇ ਪੱਥਰ ਰੱਖ ਕੇ ਤੋਰਿਆ, ਉਹਨੂੰ ਸਿਰ ਤੇ ਪੱਥਰ ਕਰਕੇ ਤੋਰਿਆ, ਮਾਂ ਦਾ ਐਡਾ ਜਿਗੜਾ, ਕਹਿੰਦੀ ਹਰ ਮਾਮਾ ਦੇ ਪੁੱਤ ਜਾਂਦੇ ਆ, ਕੋਈ ਨਾ ਮੇਰਾ ਪੁੱਤ ਨੀ ਇਕੱਲਾ, ਕੋਈ ਨਾ ਕਿੱਥੇ ਤੂੰ ਤੁਰ ਗਿਆ। ਪ੍ਰਾਪਤ ਹੋਈ ਹੈ, ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ, 6 ਭੈਣਾਂ ਦਾ ਇਕੱਲਾ ਉਹ ਭਰਾ ਸੀ, ਐਂਡ ਉਹਨਾਂ ਦੇ ਫਾਦਰ ਸਾਹਿਬ, ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਹੈ, ਉਹਨਾਂ ਦੀ ਹਾਲਤ ਨਹੀਂ ਹੈ ਫਿਲਹਾਲ ਗੱਲ ਕਰਨ ਦੀ, ਇੱਕ ਤਰ੍ਹਾਂ ਪ੍ਰਸ਼ਾਸਨ, ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬ ਡਿਵੀਜ਼ਨ ਦੇ ਮੋਹਤਬਰ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਹਾਂ, ਉਹਨਾਂ ਦਾ ਉਹਨਾਂ ਦੇ ਨਾਲ ਖੜ੍ਹੇ ਹਾਂ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ, ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹਦੀ ਰਵਾਨਗੀ ਹੋਏਗੀ, ਅਤੇ ਸੂਬੇਦਾਰ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੋਈ ਔਥੈਂਟਿਕ ਇਨਫੋਰਮੇਸ਼ਨ ਜਦੋਂ ਵੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ, ਉਹਦੇ ਹਿਸਾਬ ਨਾਲ ਕੱਲ੍ਹ ਜਾਂ ਕਿਵੇਂ ਜਿਹੜੇ ਲਾਸਟ ਰਾਈਟਸ ਨੇ ਸੰਸਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਹਜੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ 'ਤੇ ਕਹਿਣ ਦਾ। ਮੈਮ ਐਜ਼ ਪਰ ਗਵਰਨਮੈਂਟ ਪਾਲਿਸੀ ਕਿਸ ਨਾਲ ਗੱਲ ਹੋਈ ਹੋਵੇ ਤੁਹਾਡੀ ਜਾਂ ਸੈਕਟਰੀਏਟ ਜਾਂ ਕੋਈ ਸੀਐਮ ਸਾਹਿਬ ਨਾਲ, ਜੋ ਵੀ ਪਾਲਿਸੀ ਦੇ ਰਿਗਾਰਡਿੰਗ ਡਿਸੀਜ਼ਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇ ਕਰ ਦਿੱਤਾ ਜਾਵੇਗਾ, ਔਰ ਜੋ ਵੀ ਸ਼ਹੀਦ ਉਸਦਾ ਬਣਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਹੈ ਪੂਰੀ ਸਹਾਇਤਾ ਸਪੋਰਟ ਜਿਹੜੀ ਉਹ ਦਿੱਤੀ।